ਅੱਡੇ ਹਲਕੇ ਦੇ ਲੋਕ ਨਾਰਾਜ਼ ਨੇ ਤੁਹਾਡੀ ਪਾਰਟੀ ਤੋਂ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਕਿ ਪਿਛਲੇ ਦਿਨ ਹੀ ਛੋਟੀ ਬੜੀ ਨਗਲ ਦੀ ਗੱਲ ਕਰੀਏ ਮਾਝੀਆਂ ਪੱਤੀਆਂ ਦੀ ਗੱਲ ਕਰੀਏ ਉਹ ਲੋਕ ਇਹ ਇਲਜ਼ਾਮ ਲਾ ਰਹੇ ਨੇ ਕਿ ਅਸੀਂ ਸਰਕਾਰ ਨੂੰ ਬਣਾ ਕੇ ਗਲਤੀ ਕਰ ਲਈ ਕਿ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਲੋਕਾਂ ਦਾ ਇਹ ਕਹਿਣਾ ਹੈ ਕਿ ਜਦ ਸਾਡੀ ਸਾਮਲਾਤ ਕਦੇ ਹੈ ਨਹੀਂ ਕਦੇ ਬਣੀ ਨਹੀਂ ਸਾਡੀ ਮੁਸਤਰਕਾ ਜ਼ਮੀਨ ਹੈ ਅੰਗਰੇਜ਼ਾਂ ਦੇ ਮਰੱਬੇ ਕੱਟੇ ਹੋਏ ਹੈ ਉਸ ਟਾਈਮ ਦੀ ਜ਼ਮੀਨਾਂ ਸਾਡੇ ਨਾਮ ਇੰਤਕਾਲ ਹੈ ਕਿ ਹੁਣ ਇੱਦਾਂ ਦਾ ਕੀ ਹੋ ਗਿਆ ਕਿ 75 ਸਾਲ ਹੋ ਗਏ ਸਰਕਾਰਾਂ ਬਣਦੇ ਹੋਏ ਤੁਹਾਡੀ ਸਰਕਾਰ ਨੇ ਇੱਦਾਂ ਦਾ ਕੀ ਲੱਭ ਲਿਆ ਕਿ ਜਿਹੜੀ ਇਹਨਾਂ ਜ਼ਮੀਨਾਂ ਨੂੰ ਸਾਮਲਾਤ ਦੇ ਸਕਦੇ ਕਾਰਵਾਈ ਹੋਣੀ ਚਾਹੀਦੀ ਇਹਦੀ ਕੋਰ ਪਤਾਲ ਕਰਕੇ ਨਾ ਦੋਸ਼ੀ ਹੈ ਡੰਗੇ ਸਰਕਾਰਾਂ ਨੂੰ ਨਿੰਦਾ ਕਰੇ ਤੁਹਾਨੂੰ ਲੱਗਦਾ ਉਸ ਟਾਈਮ ਦੇ ਅਫਸਰ ਵੀ ਦੋਸ਼ੀ ਨੇ ਫਿਰ ਜਿਨ੍ਹਾਂ ਨੇ ਉਸ ਟਾਈਮ ਦੀ ਰਜਿਸਟਰੀਆਂ ਕਰੀਆਂ ਉਸ ਟਾਈਮ ਦੇ ਇੰਤਕਾਲ ਕੀਤੇ ਕਿਉਂਕਿ ਉਹਨਾਂ ਨੂੰ ਤਾਂ ਕੁਝ ਕਿਹਾ ਨਹੀਂ ਨਾ ਤਹਿਸੀਲਦਾਰ ਨੂੰ ਕਿਹਾ ਨਾ ਪਟਵਾਰੀ ਨੂੰ ਕਿਹਾ ਜਾਂ ਲੋਕਾਂ ਨੇ ਫਾਰਮ ਹਾਊਸ ਬਣਾਏ ਜਾਂ ਪਿੰਡ ਵਾਲਿਆਂ ਨੂੰ ਉਹਨਾਂ ਨੂੰ ਡਰਾ ਧਮਕਾਇਆ ਜਾ ਰਿਹਾ ਤੁਹਾਡੀ ਸਰਕਾਰ ਵੱਲੋਂ ਫਿਰ ਕਾਨੂੰਨ ਸਭ ਤੋਂ ਵੱਡਾ ਹਿੰਦੁਸਤਾਨ 'ਚ ਹੈਗਾ ਕਾਨੂੰਨ ਦਾ ਰਾਜ ਹੈ ਜੇ ਕਾਨੂੰਨ ਨਾ ਹੁੰਦਾ ਤਾਂ ਚੁਟਾਲਾ ਸਾਹਿਬ ਅੰਦਰ ਨਾ ਜਾਂਦੇ ਹਰਿਆਣੇ 'ਚ ਲਾਲੂ ਸ਼ਾਹ ਅੰਦਰ ਨਾ ਜਾਂਦਾ ਕਾਨੂੰਨ ਹੈ ਬੋਲੋ ਇਹ ਵੀ ਕਿਹਾ ਜਾ ਰਿਹਾ ਕੰਗ ਸਾਹਿਬ ਕਿ ਛੋਟੀ ਬੜੀ ਨਗਲ ਦਾ ਅਗਰ 60 ਏਕੜ ਦੇ ਵਿੱਚ ਆਬਾਦੀ ਹੈ ਤਾਂ 2828 ਏਕੜ ਅਗਰ ਸਾਮਲਾਤ ਹੈ ਫਿਰ ਪਿੰਡ ਦੀ ਜ਼ਮੀਨ ਕਿੱਥੇ ਹੈ ਪਿੰਡ ਦੇ ਲੋਕਾਂ ਦੀ ਜ਼ਿਮੀਂਦਾਰਾਂ ਦੀ ਜ਼ਮੀਨ ਕਿੱਥੇ ਹੈ ਛੋਟੇ ਜ਼ਿਮੀਂਦਾਰਾਂ ਨੂੰ ਫਿਰ ਇੱਕ ਪਾਸਾ ਦੱਸ ਦਿਓ ਕਿ ਇਹ ਭਾਈ ਤੁਹਾਡੀ ਹੈ ਇਹ ਫਾਰਮ ਹਾਊਸਾਂ ਦੀ ਅਸੀਂ ਤਾਂ ਫਾਰਮ ਹਾਊਸਾਂ ਛੁਡਾ ਲਏ ਇਹ ਲੋਕਾਂ ਦੇ ਸਵਾਲ ਇੱਥੇ ਅੜੇ ਹੋਏ ਨੇ ਤੁਹਾਡੇ ਅਫਸਰ ਸੁਣਨ ਨੂੰ ਤਿਆਰ ਨਹੀਂ ਤੁਹਾਡੀ ਸਰਕਾਰ ਸੁਣਨ ਨੂੰ ਤਿਆਰ ਨਹੀਂ ਗੱਲ ਕਹੀ ਹੈ ਕੰਗ ਸਾਹਿਬ ਅਸੀਂ ਬੀਬੀ ਰੋਲ ਮਾਨ ਜਦ ਆਇਆ ਤੁਹਾਡੇ ਕਹੇ ਤੋਂ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਕ ਹੁੰਦੀ ਜਾ ਰਹੀ ਇਸ ਮੁੱਦੇ ਤੇ ਪਾਰਟੀ ਤੁਹਾਡੀ ਸ਼ੈਣੀ ਮਦਰਾ ਸਕੂਲ ਆ ਉਹ ਕਹਿੰਦਾ ਟੀਚਰ ਨਹੀਂ ਸਾਡੇ ਆਇਆ ਅੱਜ ਤੱਕ 8 ਸਾਲ ਹੋ ਗਏ ਸਕੂਲ ਬਣੇ ਹੋਏ ਉੱਥੇ ਵਾਸਤੇ ਕਾਫੀ ਖਬਰਾਂ ਲੱਗ ਚੁੱਕੀਆਂ ਲਿਖ ਕੇ ਵੀ ਦੇ ਚੁੱਕੇ ਨੇ ਪਰ ਤੁਹਾਡੀ ਸਰਕਾਰ ਕਦੋਂ ਉਹਨਾਂ ਬੱਚਿਆਂ ਨੂੰ ਸਹੂਲਤ ਦੇਗੀ ਇੱਕ ਟੀਚਰ ਦੀ ਤੁਹਾਡੇ ਹਲਕੇ ਦੇ ਲੋਕ ਨਾਰਾਜ਼ ਨੇ ਤੁਹਾਡੀ ਪਾਰਟੀ ਤੋਂ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਕਿ ਪਿਛਲੇ ਦਿਨ ਹੀ ਛੋਟੀ ਬੜੀ ਨਗਲ ਦੀ ਗੱਲ ਕਰੀਏ ਮਾਝ ਦੀਆਂ ਪੱਤੀਆਂ ਦੀ ਗੱਲ ਕਰੀਏ ਉਹ ਲੋਕ ਇਹ ਇਲਜ਼ਾਮ ਲਾ ਰਹੇ ਨੇ ਕਿ ਅਸੀਂ ਸਰਕਾਰ ਨੂੰ ਬਣਾ ਕੇ ਗਲਤੀ ਕਰ ਲਈ ਕਿ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਦੇਖੋ ਮੈਂ ਦੋ ਵਾਰੀ ਪੰਜਾਬ ਦਾ ਬਾਲ ਮੰਤਰੀ ਰਿਹਾ ਕਾਫੀ ਥੋੜ੍ਹਾ ਬਹੁਤ ਅੰਡਰਸਟੈਂਡਿੰਗ ਹੈ ਜੋ ਮਾਲ ਮਹਿਕਮੇ ਵਿੱਚ ਕਾਨੂੰਨ ਕਾਇਦਾ ਹੁੰਦਾ SDM ਹੁੰਦਾ DC ਹੁੰਦਾ ਉਹਦੇ ਪਾਵਰ ਰੈਵਨਿਊ ਦੀ ਹੁੰਦੀ ਹੈ ਕਮਿਸ਼ਨਰ ਹੁੰਦੇ ਉਹਦੇ ਤਹਿਤ ਜ਼ਮੀਨਾਂ ਜਿਹੜੀਆਂ ਅੱਗੇ ਪਿੱਛੇ ਹੋਈਆਂ ਨਹੀਂ ਹੋਈਆਂ ਮੈਂ ਨਹੀਂ ਕੁਛ ਟਿੱਪਣੀ ਕਰ ਸਕਦਾ ਪਰ ਸਰਕਾਰ ਨੂੰ ਜੇ ਕਿਸੇ ਨੇ ਜ਼ਮੀਨ ਦੱਬੀ ਹੈ ਸਹੀ ਤੌਰ 'ਤੇ ਪੰਚਾਇਤੀ ਛੁਡਾਉਣ ਦਾ ਹੱਕ ਹੈ ਪਰ ਜਿਹੜੇ ਛੋਟੇ ਕਾਸ਼ਤਕਾਰ ਹੈ ਜੈਨਤੀ ਮਾਦਰੀ ਛੋਟੀ ਬੜੀ ਨਗਲ ਜਿਹਦਾ ਰੋਜ਼ੀ ਰੋਟੀ ਸਾਧਨ ਕੋਈ ਨਹੀਂ ਕਈ ਕਈ ਸਦੀਆਂ ਤੋਂ ਉੱਥੇ ਬੈਠੇ ਹੈ ਦਹਾਕਿਆਂ ਤੋਂ ਉੱਥੇ ਬੈਠੇ ਹੈ ਉਹਨਾਂ ਨੂੰ ਖਰਾਬ ਕਰਨਾ ਪਰੇਸ਼ਾਨ ਕਰਨਾ ਬੜੀ ਮਾੜੀ ਗੱਲ ਹੈ ਮੈਂ ਸਮਝਦਾ ਵੀ ਸਰਕਾਰ ਨੂੰ ਗੁਰੇਜ਼ ਕਰਨਾ ਚਾਹੀਦਾ ਕਿ ਵੱਡੀਆਂ ਜ਼ਮੀਨਾਂ ਪਛੜਾਓ ਭਾਈ ਜੇ ਦੱਬੀਆਂ ਕਿਸੇ ਨੇ ਜਿੱਥੇ ਦੱਬੀ ਛੁਡਾਓ ਛੁਡਾਉਣੀ ਚਾਹੀਦੀ ਹੈ ਪਰ ਇਹ ਨਹੀਂ ਛੋਟੇ ਮੋਟੇ ਬੰਦਿਆਂ ਨੂੰ ਅਸੀਂ ਆ ਕੇ ਦਲੀਲ ਕਰੀਏ ਖਰਾਬ ਕਰੀਏ ਇਹਦੇ ਨਾਲ ਸਾਡੀ ਹਵਾ ਵਿਗੜ ਰਹੀ ਹੈ ਜੋ ਅਸੀਂ ਕਿਸੇ ਪਾਸੇ ਹੋਰ ਵੀ ਨਾਮ ਨਾਲ ਖੱਟ ਰਹੇ ਹਾਂ ਕਰਪਸ਼ਨ ਦੇ ਖਿਲਾਫ਼ ਜਾਂ ਹੋਰ ਗੱਲਾਂ ਦੇ ਖਿਲਾਫ਼ ਨਸ਼ੇ ਦੇ ਖਿਲਾਫ਼ ਇੱਥੇ ਆ ਕੇ ਬਰਾਬਰ ਹੋ ਜਾਂਦਾ ਉਹ ਕਰਨਾ ਹੋਵੇ ਅੱਗੇ ਦੌੜ ਪਿੱਛੇ ਚੌੜ ਇਸ ਕਰਕੇ ਸਰਕਾਰ ਨੂੰ ਚਾਹੀਦਾ ਐਸੇ ਕੇਸਾਂ ਵਿੱਚ ਭੁੱਖ ਪੜਤਾਲ ਕਰੇ DC ਸਾਹਿਬ ਡਿਊਟੀ ਲਾਵੇ ADC ਡਿਊਟੀ ਲਾਵੇ ਵੀ ਦੇਖੇ ਜ਼ਮੀਨਾਂ ਕਿਵੇਂ ਕਿਸੇ ਨੇ ਲਈ ਹੈ ਜੇ ਕਿਸੇ ਨੇ ਥਰੂ ਪ੍ਰੋਸੀਜਰ ਲਈ ਹੈ ਮਾਲ ਮਹਿਕਮੇ ਤਹਿਤ ਐਕਟ ਉਹ ਤਹਿਤ ਲਈ ਹੈ ਦੇਖਣਾ ਚਾਹੀਦਾ ਹਾਈ ਕੋਰਟ ਨੇ ਵੀ ਮੁੱਲਾ ਬਕਰੀਬ ਦਾਸ ਬਾਰੇ ਕਿਹਾ ਜੋ ਕੇਸ ਚੱਲਿਆ ਕਿ ਧੱਕਾ ਨਹੀਂ ਕਰ ਸਕਦੇ ਬਈ ਇਹਨੂੰ ਥਰੂ ਪ੍ਰੋਪਰ ਚੈਨਲ ਕਰੋ ਡਿਊ ਕੋਰਸ ਆਫ ਲਾਅ ਐਵਿਕਸ਼ਨ ਕਰੋ ਉਹ ਗੱਲਾਂ ਸਾਨੂੰ ਦੇਖਣੀਆਂ ਚਾਹੀਦੀਆਂ ਬਾਕੀ ਕੋਈ ਐਸੀ ਗੱਲ ਨਹੀਂ ਪਰ ਕੰਗ ਸਾਹਿਬ ਲੋਕਾਂ ਦਾ ਇਹ ਕਹਿਣਾ ਕਿ ਜਦ ਸਾਡੀ ਸਾਮਲਾਤ ਕਦੇ ਹੈ ਨਹੀਂ ਕਦੇ ਬਣੀ ਨਹੀਂ ਸਾਡੀ ਮੁਸਤਰਕਾ ਜ਼ਮੀਨ ਹੈ ਅੰਗਰੇਜ਼ਾਂ ਦੇ ਮਰੱਬੇ ਕੱਟੇ ਹੋਏ ਹੈ ਉਸ ਟਾਈਮ ਦੀ ਜ਼ਮੀਨਾਂ ਸਾਡੇ ਨਾਮ ਇੰਤਕਾਲ ਹੈ ਕਿ ਹੁਣ ਇੱਦਾਂ ਦਾ ਕੀ ਹੋ ਗਿਆ ਕਿ 75 ਸਾਲ ਹੋ ਗਏ ਸਰਕਾਰਾਂ ਬਣਦੇ ਹੋਏ ਤੁਹਾਡੀ ਸਰਕਾਰ ਨੇ ਇੱਦਾਂ ਦਾ ਕੀ ਲੱਭ ਲਿਆ ਕਿ ਜਿਹੜੀ ਇਹਨਾਂ ਜ਼ਮੀਨਾਂ ਨੂੰ ਸਾਮਲਾਤੀ ਦੱਸ ਰਹੀ ਹੈ ਇਹ ਲੋਕਾਂ ਦੇ ਸਵਾਲ ਨੇ ਦੇਖੋ ਕਿਸੇ ਦੱਸਣ ਨਾਲ ਨਹੀਂ ਗੱਲ ਬਣਦੀ ਹੁੰਦੀ ਇਹ ਤਾਂ ਰਿਕਾਰਡ ਬੋਲਦਾ ਰਿਕਾਰਡ ਬੋਲੂਗਾ ਉਰਦੂ ਰਿਕਾਰਡ ਕੋਈ ਪੁਰਾਣਾ ਪੁਰਾਣਾ ਪਾਕਿਸਤਾਨ ਵਾਲੇ ਦਾ ਰਿਕਾਰਡ ਹੈ ਮਰੱਬੇਬੰਦੀਆਂ ਹੋਈਆਂ ਸਭ ਕੁਝ ਹੋਇਆ ਇਸ ਕਰਕੇ ਇਹ ਮੈਂ ਨਹੀਂ ਸਮਝਦਾ ਕੋਈ ਇੱਕ ਤਰਫਾ ਕਾਰਵਾਈ ਹੋਣੀ ਚਾਹੀਦੀ ਹੈ ਇਹਦੀ ਕੋਖ ਪੜਤਾਲ ਕਰਕੇ ਨਾ ਦੋਸ਼ੀ ਹੈ ਡੰਗੇ ਸਰਕਾਰਾਂ ਨੂੰ ਨਿੰਦਾ ਕਰੇ ਤੁਹਾਨੂੰ ਲੱਗਦਾ ਉਸ ਟਾਈਮ ਦੇ ਅਫਸਰ ਵੀ ਦੋਸ਼ੀ ਨੇ ਫਿਰ ਜਿਨ੍ਹਾਂ ਨੇ ਉਸ ਟਾਈਮ ਦੀ ਰਜਿਸਟਰੀਆਂ ਕਰੀਆਂ ਉਸ ਟਾਈਮ ਦੇ ਇੰਤਕਾਲ ਕੀਤੇ ਕਿਉਂਕਿ ਉਹਨਾਂ ਨੂੰ ਤਾਂ ਕੁਛ ਕਿਹਾ ਨਹੀਂ ਨਾ ਤਹਿਸੀਲਦਾਰ ਨੂੰ ਕਿਹਾ ਨਾ ਪਟਵਾਰੀ ਨੂੰ ਕਿਹਾ ਜਿਨ੍ਹਾਂ ਲੋਕਾਂ ਨੇ ਫਾਰਮ ਹਾਊਸ ਬਣਾਏ ਜਾਂ ਪਿੰਡ ਵਾਲਿਆਂ ਨੂੰ ਉਹਨਾਂ ਨੂੰ ਡਰਾ ਧਮਕਾਇਆ ਜਾ ਰਿਹਾ ਤੁਹਾਡੀ ਸਰਕਾਰ ਵੱਲੋਂ ਫਿਰ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਪ੍ਰਕਿਰਿਆ ਹੁੰਦੀ ਮਾਲ ਮਹਿਕਮੇ ਦੀ ਜੋ ਉਹਨਾਂ ਨੇ ਕੀਤਾ ਕਿਵੇਂ ਕੀਤਾ ਉਹ ਤਾਂ ਰਿਕਾਰਡ ਦੱਸੂਗਾ ਕਾਗਜ਼ ਦੱਸਣਗੇ ਮੈਂ ਕਿਵੇਂ ਟਿੱਪਣੀ ਕਰਨਾ ਚੰਗਾ ਕੀਤਾ ਕਿ ਮਾੜਾ ਕੀਤਾ ਲੇਕਿਨ ਜੇ ਸਰਕਾਰ ਨੂੰ ਤੱਥਾਂ ਦੇ ਆਧਾਰ ਤੇ ਕੋਈ ਸਬੂਤ ਮਿਲਦੇ ਗਲਤ ਹੋਇਆ ਤਾਂ ਕਰੂਗਾ ਸੋ ਭਰੂਗਾ ਕੋਈ ਵੀ ਹੋਵੇ
कर्मचारी होवे अफसर होवे सियासी बंदा होवे कारोबारी होवे इस करके गल नहीं है। कानून सब तो वड्डा हिंदुस्तान च हैगा कानून का राज है। जे कानून ना हुंदा तो चौटाला साहब अंदर ना जाते हरियाणे च लालू पछा अंदर ना जाता कानून है लॉ साहब वास्ते बराबर बराबर होना चाहिए। तो इस करके मैं कहना चाहना भी जो काम सरकार करना चाहिए कानून के तहत करे लोगों नमोशी ना आए ताकि असं अगे वधिया सरकार काम करिए लोगों ने समाज सेवा करिए विकास कराइए प्रबंध करिए सारे खजाने का। लोगों वालों यह भी कहा जा रहा कंग साहब कि छोटी बड़ी नगल का अगर 60 एकड़ के आबादी है तो 2828 एकड़ अगर सामलाता है फिर पिंड की जमीन कित्थे है पिंड के लोगों की जिमीदार जमीन कित्थे है छोटे जिमीदारों फिर एक पासा दस दो कि ये भाई थोड़ी है ये फार्म हाउस वाले दस तो फार्म हाउस वाले छड़ा ले ये लोगों के सवाल इतने अड़े हुए हैं थोड़े अफसर सुनने तैयार नहीं थोड़ी सरकार सुनने तैयार नहीं। मैंने भी लोगों ने गल कही है भी कंग साहब असं बीबी नोल मान जताया थोड़े कहे तो साड़ी सुनवाई नहीं हो रही। मैं भी देखो गल सुनो मैं थोड़ा सारा मुद्दा जमीन का पंचायती जमीन का थोड़े हिस्सों का हर पासे गल कर रहे हैं प्रशासन नाल सरकार नाल मैं थोड़े नाल खड़ूंगा धक्का नहीं होने दूंगा। पर जे किसी ने दबी है वड्डे अधिकारी ने सियासी बंदे ने छुड़ाउणी चाहीदी है कोई भी होवे पर बिना तत्थां तों सबूतों आधार ते नहीं होना चाहिए कम कि सरकार बदल गई रगड़ दो बड़ी माड़ी गल है। जी बदलाखोरी विंडिक्टिव भावना है ये ना कदे होनी चाहिए ना पहला होंगी रही है माड़ी गल है हूँ नहीं होनी चाहिए। मैं समझना सर पिंड वाले कह रहे जो फार्म हाउस ने खरीदी भी वो साड़ी जमीन में खरीदी है असीं अपने हिस्से बेचे ने कि वह किमें दबी हो सकती है दस्या ना कि मैं रिकॉर्ड नहीं माल महकमे देखे मैं टिप्पणी किमें कर दूँगा जी तो रिकॉर्ड माल महकमे जो कहता है जो रिकॉर्ड बोलेगा वो मुताबिक कार्रवाई होगी मुताबिक कार्रवाई होनी चाहिए है। पर छोटे किसानों मैं बार बार कहना छोटी बड़ी नगल होवे कोई होर पिंड होवे जयंती माजरी होवे उन्होंने परेशान करना ये गल बड़ी गलत गल है हाँ सानू लग जाएगी लगता वीक होंगी जा रही इस मुद्दे से पार्टी इस मुद्दे से मुख्यमंत्री साहब को विचार सोच विचार करके कदम चुकने चाहिए ताकि सरकार की जिते अक्सर ना बने हैं वधिया होया है भ्रष्टाचार के खिलाफ हूँ खराब ना हो इन गल करके नमोशी साहब दो तीन सवाल हो रहा है क्योंकि लोगों के सवाल है क्योंकि मंत्री साहब ना भी कई बार गल करने की कोशिश की कई बार बिजी होंगे या फिर हूँ करोना कारण वो जो नहीं निकल सकते बाहर पर लोग कहें कि उन्होंने नुमाइंदे तो गल करो शैनी मजरा स्कूल है वो कहते टीचर नहीं साढ़े आया अज तक 8 साल हो गए स्कूल बने हुए उत्थे वास्ते काफ़ी खबर लग चुकी लिख के भी दे चुके हैं पर थोड़ी सरकार कदों उन्होंने बच्चों सुविधा देगी एक टीचर की फिर उ गल आ गई हेल्थ होवे एजुकेशन होवे बहुत घाट है टीचर की स्टाफ की वो घाट पूरी होनी है योजना बना के प्लैनिंग करके सोच विचार करके हम जिहड़े स्कूल साढ़े वेले अपग्रेड कराए थे मैं पंजाब तो भी अजे फाइल रुकी पई है मैं टेकअप कर रहा सारे मैं भी मुद्दा चकांगा भी स्कूलों में पूरा स्टाफ होवे पूरा बच्चों की पढ़ाई खराब ना हो बच्चा भविख है साडा पर नहीं रही हिंदुस्तान की आने वाले समाज की। तारा पर माजरी दे एक डैम लग्या होया उपर 1992 तरह का शायद तुम उस टाइम के कैबिनेट मंत्री का रैक थानू मिले जो उस टाइम MLA से वो कहें कि वह डैम भी टुटन के किनारे है पानी ओवरफ्लो हो गया खार लग गई उस डैम में कि हूँ कुछ दिनों में पान वापरता कई पिंड भी हट सकते हैं उस बारे भी तुसी चुकोगे आवाज़ क्योंकि बाद तो फिर सरकारां भी थोड़ियां आन के तुसी भी मुआवजा देने दीआं गल्लां होणगीआं पर उस तो पहला लगता कि सरकार नूं प्रबंध करने चाहिए ने कि लोगों नूं नुकसान ना हो इस चीज़ का। जिहड़े मेरे वोटर ने शुभ चिंतक तारापुर माजरी दे मैं बार बार गल चल रही है मौका देख के मैं एक दिन आया उहदे वास्ते अज 30 साल हो गए डैम बने नूं घट वध हो गए कदे डीसल्टिंग नहीं हुई सफाई नहीं हुई पानी उछलना ही है बिल्कुल उहदे वास्ते जिन्ने डैम मैं बनवाए सी मिर्जापुर पड़छ जयंती देवी की राव सिसवा इन्हों का भी जिहड़ा हैगा सिरड वध के पानी उपर लैवल आ रहा है सरकार नूं सिंचाई महकमे नूं खास तौर से जिहड़ा साडा महकमे दूसरा सोयल कंजरवेशन का इहनूं इकट्ठे हो के जॉइंटली काम करना चाहिए डीसल्टिंग करावे रिपेयर करे उस सरकार को पैसा नहीं है गलता फिर उत्थे खड़ जाती है लेकिन मैं छोटी बड़ी नगल बारे चंगी तरह जाणूंगा मैं कार्रवाई करा रहा हूँ इस करके नहीं डैम टुट गया इस करके कि मिट्टी ही नहीं भर गई पानी खड़ा हो जगह ही कोई नहीं है ओवरफ्लो हो गया पानी वह प्रबंध मैं कराने लग्या हो मेरे ध्यान में है।